ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਐਸੇ ਸੰਗੀਤ ਪ੍ਰੇਮੀ ਦੇ ਨਾਲ ਜਿਸ ਨੇ ਇੱਕ ਸੰਗੀਤ ਮਹਿਲ ਹੀ ਬਣਾ ਛੱਡਿਆ, ਆਪਣੇ ਨਾਮ ਦਾ ਰਵੀ ਸੰਗੀਤ ਮਹਿਲ। ਔਰ ਇਸ ਸੰਗੀਤ ਮਹਿਲ ਦੇ ਵਿੱਚ ਤੁਹਾਨੂੰ 18 ਦੇ ਦਸ਼ਕ ਦੇ, 19 ਦੇ ਦਸ਼ਕ ਦੇ ਉਹ ਚੀਜ਼ਾਂ ਮਿਲ ਜਾਣਗੀਆਂ, ਉਹ ਰਿਕਾਰਡ ਮਿਲ ਜਾਣਗੇ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਨੇ ਕਦੇ ਦੇਖੇ ਨਹੀਂ ਹੋਣਗੇ। ਕਿਉਂਕਿ ਪਹਿਲਾਂ ਜਦੋਂ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਾਂ ਰਿਕਾਰਡ ਚੱਲਦੇ ਹੁੰਦੇ ਸੀ, ਪੱਥਰ ਦੇ ਰਿਕਾਰਡ ਚੱਲਦੇ ਹੁੰਦੇ ਸੀ। ਉਸ ਤੋਂ ਬਾਅਦ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਇੰਸਟਰੂਮੈਂਟ ਆਏ ਜਿਹੜੇ ਅਸੀਂ ਵੀ ਨਹੀਂ ਦੇਖੇ ਹੋਣੇ, ਉਹ ਇਸ ਸੰਗੀਤ ਮਹਿਲ ਦੇ ਵਿੱਚ ਤੁਹਾਨੂੰ ਬਖੂਬੀ ਦੇਖਣ ਨੂੰ ਮਿਲਣਗੇ। ਇਹ ਸ਼ੌਂਕ ਹੈ ਰਵੀ ਕੁਮਾਰ ਦਾ, ਮੋਗਾ ਦੇ ਰਹਿਣ ਵਾਲੇ ਰਵੀ ਕੁਮਾਰ ਦਾ, ਜਿਨ੍ਹਾਂ ਨੇ ਆਪਣੇ ਨਾਮ ਦਾ ਇੱਕ ਸੰਗੀਤ ਮਹਿਲ ਹੀ ਬਣਾਤਾ। ਸ਼ੌਂਕ ਇਹੋ ਜਿਹਾ ਕਿ ਹਰ ਪੁਰਾਣੀ ਤੋਂ ਪੁਰਾਣੀ ਸੰਗੀਤ ਐਂਟਰਟੇਨਮੈਂਟ ਵਾਲੀ ਚੀਜ਼ ਇੱਥੇ ਮਿਲੇਗੀ ਤੁਹਾਨੂੰ। ਤੁਸੀਂ ਦੇਖ ਸਕਦੇ ਹੋ ਇੱਥੇ ਜਿਸ ਤਰ੍ਹਾਂ ਗ੍ਰਾਮੋਫੋਨ ਹੈ, ਇਹ ਗ੍ਰਾਮੋਫੋਨ ਕਿਸੇ ਬਿਜਲੀ ਨਾਲ ਨਹੀਂ ਚੱਲਦੇ, ਇਹ ਗ੍ਰਾਮੋਫੋਨ ਦੇ ਵਿੱਚ ਇੱਕ ਤਰ੍ਹਾਂ ਦੀ ਚਾਬੀ ਭਰਨੀ ਪੈਂਦੀ ਹੈ। ਇੱਥੋਂ ਚਾਬੀ ਭਰੇਗੀ ਤਾਂ ਫਿਰ ਇਸ ਤੋਂ ਬਾਅਦ ਇਹ ਚੱਲਣਗੇ ਗ੍ਰਾਮੋਫੋਨ, ਔਰ ਇਸ ਦੇ ਵਿੱਚੋਂ ਆਵਾਜ਼ ਆਏਗੀ। ਇਹ ਘੁੰਮਦੇ ਨੇ, ਇਹ ਜਿਹੜੇ ਰਿਕਾਰਡ ਹੁੰਦੇ ਨੇ, ਅੱਜ ਕੱਲ੍ਹ ਦੀ ਜਨਰੇਸ਼ਨ ਨੇ ਬਿਲਕੁਲ ਵੀ ਇਸ ਤਰ੍ਹਾਂ ਦੇ ਰਿਕਾਰਡ ਜਿਹੜੇ ਨਹੀਂ ਦੇਖੇ ਹੋਣੇ, ਕਿਉਂਕਿ ਪੱਥਰ ਦੇ ਰਿਕਾਰਡ ਹੈ। ਈਵਨ ਕਿ ਰਵੀ ਜੀ ਕੋਲੋਂ ਫਲੈਕਸੀਬਲ ਰਿਕਾਰਡ ਵੀ ਹੈ, ਜਿਸ ਨੂੰ ਜਿਸ ਤਰ੍ਹਾਂ ਮਰਜ਼ੀ ਤੁਸੀਂ ਫੋਲਡ ਕਰਕੇ ਆਪਣੀ ਪੋਕਟ ਦੇ ਵਿੱਚ ਵੀ ਪਾ ਸਕਦੇ ਹੋ। ਇਸਦਾ ਦੇ ਰਿਕਾਰਡ ਵੀ ਹੈ, ਔਰ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਜਿਹੜੇ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਹੈ, ਪੈਨ ਡਰਾਈਵ 'ਤੇ ਕੰਮ ਕਰਦੀ ਹੈ, ਜਾਂ ਕਹਿ ਲਓ ਬਹੁਤ ਛੋਟੀਆਂ ਛੋਟੀਆਂ ਡਰਾਈਵਸ ਆ ਗਈਆਂ ਜਿਹਦੇ ਵਿੱਚ ਹਜ਼ਾਰਾਂ ਗਾਣੇ ਰਿਕਾਰਡ ਹੋ ਜਾਂਦੇ ਆ। ਲੇਕਿਨ ਇੱਥੇ ਤੁਹਾਨੂੰ ਉਹ ਚੀਜ਼ਾਂ ਮਿਲ ਜਾਣਗੀਆਂ, ਕੈਸਟਾਂ ਪੁਰਾਣੀਆਂ ਤੋਂ ਪੁਰਾਣੀਆਂ, ਆਡੀਓ ਕੈਸੈਟਸ ਮਿਲ ਜਾਣਗੀਆਂ, ਰਿਕਾਰਡ ਮਿਲ ਜਾਣਗੀਆਂ, ਹਰ ਤਰ੍ਹਾਂ ਦੇ ਜਿਹੜੇ ਹੈ ਰਿਕਾਰਡ ਰਵੀ ਮਨੋਚਾ ਵੱਲੋਂ ਸੰਭਾਲ ਕੇ ਰੱਖੇ ਹੋਏ ਆ। ਇੱਕ ਇਹ ਸੰਗੀਤ ਮਹਿਲ ਬਣਾਤਾ ਰਵੀ ਮਨੋਚਾ ਨੇ। ਤੁਸੀਂ ਕੈਮਰਾਮੈਨ ਨੂੰ ਕਹੂੰਗਾ ਚਾਰ ਸਪੇਰੇ ਦਿਖਾਵੇ ਕਿ ਕਿਸ ਤਰ੍ਹਾਂ ਦਾ ਇਹ ਸੰਗੀਤ ਮਹਿਲ ਸਜਾਇਆ ਹੋਇਆ। ਇਹ ਕੈਸਟਾਂ ਪਈਆਂ, ਜਿਹੜੀਆਂ ਕੈਸਟਾਂ ਪਹਿਲਾਂ ਕਿਸੇ ਟੇਪ ਰਿਕਾਰਡ ਦੇ ਵਿੱਚ ਪਾ ਕੇ ਅਸੀਂ ਗਾਣੇ ਸੁਣਦੇ ਹੁੰਦੇ ਸੀ, ਉਹ ਕੈਸਟਾਂ ਪਈਆਂ, ਰਿਕਾਰਡ ਪਏ ਨੇ, DVD ਪਈ ਹੈ, CD ਪਈ ਹੈ, ਹਰ ਚੀਜ਼ ਜਿਹੜੀ ਹੈ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਹਰ ਤਰ੍ਹਾਂ ਦੇ ਪਲੇਅਰ ਹੈ, ਹਰ ਤਰ੍ਹਾਂ ਦੇ ਰਿਕਾਰਡ ਹੈ ਇੱਥੇ ਪਏ ਹੈ। ਫਿਰ ਉਹੀ ਰਿਕਾਰਡ ਹੈ ਜਿਹੜਾ ਜਿਨ੍ਹਾਂ ਨੂੰ ਤਵੇ ਵੀ ਕਹਿ ਦਿੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਤਵੇ ਹੈ, ਡਿਸਕਾਂ, ਇਹ ਡਿਸਕਾਂ ਦੇ ਜ਼ਰੀਏ ਤੁਸੀਂ ਗਾਣੇ ਸੁਣ ਸਕਦੇ ਹੋ। ਰਵੀ ਜੀ ਸਾਡੇ ਨਾਲ ਨੇ, ਇਹਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਸ਼ੌਂਕ ਇਹਨਾਂ ਦੇ ਮਨ ਦੇ ਵਿੱਚ ਆਇਆ, ਕਿਵੇਂ ਸ਼ੌਂਕ ਆਇਆ, ਔਰ ਕਿੰਨੀ ਪੁਰਾਣੀ ਕਲੈਕਸ਼ਨ ਜਿਹੜੀ ਹੈ ਉਹਨਾਂ ਇਹਨਾਂ ਕੋਲ ਰੱਖੀ ਹੋਈ ਹੈ। ਕਿਉਂਕਿ ਅਗਰ ਪਲੇਅਰ ਦੀ ਗੱਲ ਕੀਤੀ ਜਾਵੇ ਤਾਂ ਹਰ ਤਰ੍ਹਾਂ ਦੇ ਪਲੇਅਰ ਹੈ। ਇਹ VCR ਅਸੀਂ ਵੀ ਆਪਣੇ ਜ਼ਮਾਨੇ 'ਚ ਦੇਖਦੇ ਹੁੰਦੇ ਸੀਗੇ, VCR ਜਦੋਂ ਇੱਕ ਘਰ ਦੇ ਵਿੱਚ ਛੱਤ 'ਤੇ ਬਹਿ ਕੇ ਸਾਰੀ ਸਾਰੀ ਰਾਤ 6-6 ਕੈਸਟਾਂ ਦੇਖ ਲੈਂਦੇ ਹੁੰਦੇ ਸੀਗੇ। ਉਹ ਚੀਜ਼ਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਉਂਦੀਆਂ ਜਿਹੜੀਆਂ ਅੱਜ ਇੱਥੇ ਸੰਗੀਤ ਮਹਿਲ 'ਤੇ ਸਾਨੂੰ ਦੇਖਣ ਨੂੰ ਮਿਲੀਆਂ। ਰਵੀ ਜੀ ਨਾਲ ਗੱਲ ਕਰਦੇ ਹਾਂ, ਰਵੀ ਜੀ ਸਾਡੇ ਨਾਲ ਹੈ। ਰਵੀ ਜੀ ਸਵਾਗਤ ਹੈ ਤੁਹਾਡਾ ਨਿਊਜ਼ 18 'ਤੇ। ਬਹੁਤ ਵਧੀਆ ਤੁਸੀਂ ਸੰਗੀਤ ਮਹਿਲ ਬਣਾਇਆ, ਇੱਕ ਰਵੀ ਸੰਗੀਤ ਮਹਿਲ, ਔਰ ਇਸ ਸੰਗੀਤ ਮਹਿਲ ਦੇ ਵਿੱਚ ਕਾਫੀ ਚੀਜ਼ਾਂ ਸਾਨੂੰ ਉਹ ਦੇਖਣ ਨੂੰ ਮਿਲੀਆਂ ਜਿਹੜੀਆਂ ਕਿ ਅਸੀਂ ਵੀ ਨਹੀਂ ਦੇਖੀਆਂ ਸੀਗੀਆਂ। ਅੱਜ ਕੱਲ੍ਹ ਦੀ ਜਨਰੇਸ਼ਨ ਤਾਂ ਬਹੁਤ ਦੂਰ ਹੈ ਇਹਨਾਂ ਚੀਜ਼ਾਂ ਤੋਂ, ਲੇਕਿਨ ਉਹ ਚੀਜ਼ਾਂ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ। ਹਾਂਜੀ, ਸਭ ਨੂੰ ਮੈਂ ਨਮਸਕਾਰ ਕਰਦਾ ਜੀ, ਦਿਲੋਂ ਤਾਂ ਦਿਲੋਂ ਕਰਦੇ ਨਮਸਕਾਰ ਜੀ। ਅਤੇ ਮੇਰਾ ਆਪਣਾ ਦਿਲ ਸੀ ਵੀ ਮੈਂ ਇੱਕ ਵਾਰ ਮਿਊਜ਼ੀਅਮ ਤਿਆਰ ਕਰਾਂ ਜਿਹਦੇ ਵਿੱਚ ਸਾਰੇ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕੁਛ ਨਹੀਂ ਪਤਾ। ਇੱਕ ਮੋਬਾਈਲ ਉਹਨਾਂ ਨੇ ਦੇਖਿਆ, ਮੋਬਾਈਲ ਦੇ ਸਵਾਰ ਉਹਨਾਂ ਨੇ ਕੁਛ ਨਹੀਂ ਦੇਖਿਆ, ਮੋਬਾਈਲ ਦੇ ਵਿੱਚ ਘੜੀ, ਮੋਬਾਈਲ ਦੇ ਵਿੱਚ ਕੈਮਰਾ, ਮੋਬਾਈਲ ਦੇ ਵਿੱਚ TV, ਮੋਬਾਈਲ ਦੇ ਵਿੱਚ VCR, ਮੋਬਾਈਲ ਦੇ ਵਿੱਚ ਸਾਰੀ ਦੁਨੀਆ ਸਮਾਈ ਹੋਈ ਆ। ਪਰ ਲੇਕਿਨ ਉਹਨਾਂ ਜਨਮ ਦਾ ਕਿੱਥੋਂ ਹੋਇਆ? ਮੋਬਾਈਲ ਵਿੱਚ ਹੀ ਟਾਰਚ ਹੈ, ਬੱਚਿਆਂ ਨੂੰ ਪਤਾ ਹੀ ਨਹੀਂ ਵੀ ਟਾਰਚ ਕੀ ਚੀਜ਼ ਹੁੰਦੀ ਆ। ਬੱਚਿਆਂ ਨੂੰ ਕੀ ਪਤਾ VCR ਕੀ ਹੁੰਦਾ? ਵੀ ਬੱਚਿਆਂ ਨੂੰ ਕੀ ਪਤਾ ਟੇਪ ਰਿਕਾਰਡਰ ਕੀ ਹੁੰਦਾ? ਵੀ ਇਹ ਜਨਮਦਾਤਾ ਕੀ ਆ? ਜਨਮਦਾਤਾ ਮੈਂ ਸੰਭਾਲ ਕੇ ਰੱਖਿਆ ਵੀ ਕੱਲ੍ਹ ਨੂੰ ਬੱਚੇ ਨਵੀਂ ਜਨਰੇਸ਼ਨ ਨੂੰ ਦਿਖਾਇਆ ਜਾ ਸਕੇ। ਇਸ ਕਰਕੇ ਮਿਹਨਤ ਮੈਂ ਕੀਤੀ ਵੀ ਇਹ ਜ਼ਮਾਨਾ ਬਦਲਦਾ ਪਿਆ। ਕੱਲ੍ਹ ਨੂੰ ਮੈਂ ਇਹ ਜਾਂਦੇ ਜਾਂਦੇ ਆਖਰੀ ਡੱਬਾ ਮੈਂ ਪਕੜ ਲਿਆ।
ਵੀ ਜਿਹਦੇ ਨਾਲ ਹੁਣ ਮੈਂ ਆਖਰੀ ਡੱਬਾ, ਮੈਨੂੰ ਸੰਤੁਸ਼ਟੀ ਮੈਂ ਆਖਰੀ ਡੱਬਾ ਪਕੜ ਲਿਆਇਆ ਵੀ ਮੈਂ ਬੱਚਿਆਂ ਨੂੰ ਕੱਲ੍ਹ ਦਿਖਾ ਸਕਦਾ ਵੀ ਇਹ ਟ੍ਰੇਨ ਹੈਗੀ ਹੈ, ਮੈਂ ਕੁਝ ਸੰਭਾਲੀ ਬੈਠਾ, ਆ ਜਾਓ ਤੁਹਾਨੂੰ ਦਿਖਾਈਏ। ਰਵੀ ਜੀ, ਉਮਰ ਕਿੰਨੀ ਹੈ ਤੁਹਾਡੀ ਔਰ ਕਿੰਨਾ ਪੁਰਾਣਾ ਤੁਸੀਂ ਇੱਥੇ ਰਿਕਾਰਡਰ ਸੰਭਾਲ ਕੇ ਰੱਖੇ ਹੋਏ ਆ ਜਾਂ ਰਿਕਾਰਡ ਸੰਭਾਲ ਕੇ? ਮੇਰੀ ਉਮਰ 52 ਸਾਲ ਦੀ ਹੋ ਗਈ ਹੈ ਜੀ, ਅਤੇ ਮੈਨੂੰ 48 50 ਸਾਲ ਹੋ ਗਏ ਜਾਂ 4-5 ਸਾਲਾਂ ਦਾ ਹੀ, ਮੈਂ ਉਦੋਂ ਦਾ ਹੀ ਇਹ ਸੰਭਾਲ ਕਰਦਾ ਰਿਹਾ, ਕਿਉਂਕਿ ਬੱਚੇ ਦੇ ਕੋਈ ਇਲੈਕਸ਼ਨ ਨਹੀਂ ਹੋਏ, ਪਤਾ ਲੱਗ ਜਾਂਦਾ ਵੀ ਇਹ ਬੱਚਾ ਕੋਈ ਨਾ ਕੋਈ ਕਰਕੇ ਰਹੇਗਾ। ਸਾਡੇ ਡੈਡੀ ਵੀ ਕਹਿੰਦੇ ਕਰਦੇ ਸੀਗੇ, ਇਹ ਕੁਛ ਨਾ ਕੁਛ ਕਰਕੇ ਹਟੇਗਾ, ਜਿਹੜੇ ਕੰਮ ਨੂੰ ਨਾ ਕਰਦੇ ਨੰਨਾ ਕਰਦੇ ਹਾਂ ਅਤੇ ਵੀ ਉਹਦਾ ਮਤਲਬ ਬਸ ਜ਼ਿਆਦਾ ਮੁੜਦਾ, ਉਹਨਾਂ ਦਾ ਨੰਨਾ ਪੈਂਦਾ ਰਿਹਾ ਅਤੇ ਮੇਰੇ ਵੱਲੋਂ ਇਹ ਸ਼ੌਂਕ ਵੱਧਦਾ ਗਿਆ। ਕਿਹੜੀਆਂ ਕਿਹੜੀਆਂ ਚੀਜ਼ਾਂ ਦਿਖਾਓਗੇ ਤੁਸੀਂ, ਕਿਹੜੀਆਂ ਰਿਕਾਰਡਰ ਅਸੀਂ ਦੇਖ ਰਹੇ ਹਾਂ ਕਿ ਆਮ ਤੌਰ 'ਤੇ ਫਿਲਮਾਂ 'ਚ ਦੇਖਦੇ ਹੁੰਦੇ? ਇਹ ਸਪੂਲ ਮਸ਼ੀਨ ਆ ਜੀ, ਇਹ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਕੈਸਟ ਆ, ਕੋਈ ਵੀ ਰਿਕਾਰਡ ਆ, ਕੈਸਟ ਕੋਈ ਵੀ ਰਿਕਾਰਡ ਕੈਸਟ ਹੋਇਆ ਰਿਕਾਰਡ ਹੋਇਆ, ਸਾਰਿਆਂ ਨਾਲੋਂ ਪਹਿਲਾਂ ਇਹਦੇ 'ਚ ਰਿਕਾਰਡਿੰਗ ਹੋਈ, ਬਾਅਦ 'ਚ ਕੈਸਟ ਤਿਆਰ ਹੋਈ ਹੈ, ਬਾਅਦ 'ਚ ਰਿਕਾਰਡ ਤਿਆਰ ਹੋਇਆ, ਪਹਿਲਾਂ ਇਹਦੇ 'ਚ ਰਿਕਾਰਡ ਹੋਇਆ। ਲਤਾ ਦੀਦੀ ਨੇ, ਮੰਮਰ ਰਫੀ ਸਾਹਿਬ ਜੀ ਨੇ, ਕਿਸ਼ੋਰ ਕੁਮਾਰ ਜੀ ਨੇ, ਸਭ ਨੇ ਇਹਦੇ 'ਚ ਪਹਿਲਾਂ ਗਾਇਆ ਅਤੇ ਬਾਅਦ 'ਚ ਕੈਸਟ ਤਿਆਰ ਆ ਵੀ ਜਿਹੜੇ ਸੁਣ ਸਕੇ ਵਾਂ। ਇਹ ਕਿੰਨੀ ਪੁਰਾਣੀ ਡਿਵਾਈਸ ਹੈ? ਇਹ ਕਮ ਸੇ ਕਮ 65-70 ਸਾਲ ਦੀ ਮੇਰੇ ਕੋਲ ਆਪਦੇ ਕੋਲ ਹੋ ਗਈ ਆ, ਕਿੰਨੇ ਸਾਡੇ ਬਜ਼ੁਰਗਾਂ ਦੀ ਆ ਜੀ, ਪੁਰਾਣੀ ਹੈ ਤੁਹਾਡੇ ਕੋਲ? ਹਾਂਜੀ, ਸਾਡੇ ਬਜ਼ੁਰਗ ਬੜੇ ਸ਼ੌਕੀਨ ਸੀਗੇ, ਡੈਡੀ ਸਾਡੇ, ਦਾਦਾ ਹੀ ਸ਼ੌਕੀਨ ਸੀਗੇ, ਫਿਰ ਉਹਦੀਆਂ ਚੀਜ਼ਾਂ ਸੰਭਾਲ ਕੀਤੀ ਰੱਖੀ ਵੀ ਇਹ ਵਿੱਚ ਨਹੀਂ ਆਉਣੀ, ਇਹ ਸਾਡੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ। ਬੜੀ ਵਧੀਆ ਤਰੀਕੇ ਨਾਲ ਤੁਸੀਂ ਇਹ ਸੰਗੀਤ ਮਹਿਲ ਨੂੰ ਸੈਟਅਪ ਕੀਤਾ ਹੋਇਆ, ਬੜੀ ਸਾਫ਼ ਸਫਾਈ ਹੈ, ਕਿਉਂਕਿ ਇੰਨੇ ਜਿਹੜੇ ਇੰਸਟਰੂਮੈਂਟ ਤੁਸੀਂ ਰੱਖੇ ਹੋਏ ਆ, ਰਿਕਾਰਡਰ ਰੱਖੇ ਹੋਏ ਆ, ਇਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਬਹੁਤ ਔਖੀ ਹੈ ਇਹਨਾਂ ਨੂੰ ਹੁਣ, ਕਹਿੰਦੇ ਚਲਾਉਣ ਵਾਸਤੇ ਜਿਹੜਾ ਮਕੈਨਿਕ ਲੱਭਣਾ ਬੜਾ ਮੁਸ਼ਕਲ ਹੋ ਗਿਆ ਮੇਰੇ ਲਈ, ਮੈਂ ਚੰਡੀਗੜ੍ਹੋਂ ਜਾ ਕੇ ਜਾਂ ਦਿੱਲੀ ਜਾ ਕੇ ਠੀਕ ਕਰਵਾ ਕੇ ਲਿਆਉਂਦਾ, ਪਰ ਮੇਰਾ ਇੱਕ ਜਨੂਨ ਹੀ ਐਸਾ ਜਿਹੜਾ ਮੈਨੂੰ, ਜਨੂਨ ਮੇਰਾ ਐਸਾ ਵੀ ਮੈਨੂੰ ਕਹਿੰਦੇ ਕਿਸੇ ਤਰ੍ਹਾਂ ਚੱਲਦਾ ਰੱਖਣਾ, ਫਿਰ ਮੈਂ ਇਹਦੇ ਨਾਲ ਦੇ ਕਿੰਨੇ ਚੀਜ਼ਾਂ ਭਾਲਦਾ ਰਹਿੰਦਾ ਵੀ ਕਿਸੇ ਤਰ੍ਹਾਂ ਉਹਦਾ ਪੁਰਜਾ ਕੱਢ ਕੇ ਮੈਂ ਇਹਦੇ ਹੀ ਪਾ ਸਕਾਂ, ਉਹਦਾ ਪੁਰਜਾ ਕੱਢ ਕੇ ਮੈਂ ਇੱਕ ਵਾਰੀ ਚੀਜ਼ ਚੱਲਦੀ ਹੋਈ, ਇੱਕ ਨਾਲ ਦੀ ਮੇਰੇ ਕੋਲ 3-3 4-4 ਚੀਜ਼ਾਂ ਨੇ। ਸ਼ੌਂਕ ਕਿਵੇਂ ਜਾਗਿਆ? ਸ਼ੌਂਕ ਬਸ ਇਹੀ, ਮੈਨੂੰ ਡੈਡੀ ਗਾਣੇ ਤੋਂ ਨਾ ਕਰਦੇ ਸੀ ਵੀ ਕਾਕਾ ਇਹ ਕੰਮ ਪੰਡਾਂ ਵਾਲਾ ਕੰਮ ਨਹੀਂ ਕਰਨੇ ਗੇ, ਪਰ ਮੈਂ ਕਿਹਾ ਨਹੀਂ ਮੇਰੀ ਲਾਈਨ ਨਹੀਂ ਇਹੀ, ਮੈਂ ਤਲੇ ਪਾਸੇ ਮੁੜਨਾ ਹੀ ਮੁੜਨਾ, ਅਤੇ ਮੈਂ ਕਹਿੰਦੀ ਹਾਂ ਇਹੋ ਜਿਹਾ ਮੁੜਿਆ ਇਹੋ ਜਿਹਾ ਮੁੜਿਆ, ਤੁਹਾਡੇ ਸਾਹਮਣੇ ਰਵੀ ਸੰਗੀਤ ਮਹਿਲ ਤਿਆਰ ਹੋ ਗਿਆ ਜੀ। ਕਿੰਨੀ ਕੁਲੈਕਸ਼ਨ ਕਿੰਨੀ ਹੈ ਅਗਰ ਕੈਸਟਾਂ ਦੀ ਗੱਲ ਕੀਤੀ ਜਾਵੇ ਤਾਂ? ਕਿੰਨੀਆਂ ਕੈਸਟਾਂ ਤੁਹਾਡੇ ਕੋਲ? 35 ਕੈਸਟ ਹੋਏਗੀ ਆਡੀਓ ਕੈਸਟ, 35-40 ਹਜ਼ਾਰ ਪੁਰਾਣੀ ਤੋਂ ਪੁਰਾਣੀ ਪੁਰਾਣੀ ਕਰਾਏ 1960-65 ਤੋਂ ਲੈ ਕੇ, ਰਿਕਾਰਡ ਤਾਂ ਮੇਰੇ ਕੋਲ 2022-23 ਤੋਂ ਵੀ ਸ਼ੁਰੂ ਹੋ ਗਏ, 1903 ਦਾ ਰਿਕਾਰਡ ਤਾਂ ਮੇਰੇ ਕੋਲ ਆਹੀ ਹਾਜ਼ਰ ਆ। ਇੱਕ ਤੁਸੀਂ ਫਲੈਕਸੀਬਲ ਰਿਕਾਰਡ ਵੀ ਦਿਖਾਇਆ ਸੀਗਾ, ਉਹਦੀ ਕੀ ਖਾਸੀਅਤ ਹੈ? ਇਹਨੂੰ ਫਲੈਕਸੀਬਲ ਰਿਕਾਰਡ ਦਾ ਮਤਲਬ ਇਹ ਆ, ਇਹਨੂੰ ਜਦੋਂ ਮਰਜ਼ੀ ਘੁਮਾ ਕੇ ਹੋਲਡ ਕਰਕੇ ਜਦੋਂ ਮਰਜ਼ੀ ਇਹਨੂੰ ਆਪਾਂ ਜੇਬ 'ਚ ਪਾ ਸਕਦੇ ਹਾਂ ਜੀ। ਅਤੇ ਆ ਦੇਖੋ ਜੀ, ਇਹ ਵੀ ਇਹਦੇ 'ਚ ਵੀ ਸੌਂਗ ਨੇ, ਗਾਣੇ ਹੈਗੇ? ਹਾਂਜੀ, ਗਾਣੇ ਨੇ ਇਹਦੇ 'ਚ। ਇਹ ਕਿੰਨਾ ਪੁਰਾਣਾ? ਇਹ ਹੈਗੇ 1970-72 ਦੇ ਵਿੱਚ ਆਏ ਸੀਗੇ ਜੀ। ਰਵੀ ਜੀ, ਤੁਹਾਡੇ ਸੰਗੀਤ ਮਹਿਲ ਦਾ ਹੋਰ ਵੀ ਗੇੜਾ ਕੱਢਾਂਗੇ, ਗ੍ਰਾਮੋਫੋਨ ਵੀ ਰੱਖੇ ਹੋਏ ਆ ਤੁਸੀਂ, ਇਹ ਕਿੰਨੇ ਪੁਰਾਣੇ ਆ, ਕਦੋਂ ਆਏ ਸੀ? ਘੜੀ ਵੀ ਵੱਜਣ ਲੱਗ ਗਈ ਤੁਹਾਡੀ, ਮੇਰਾ ਖਿਆਲ ਬਹੁਤ ਪੁਰਾਣੀ। 50 ਸਾਲ ਪੁਰਾਣੀ ਘੜੀ ਹੈ ਮੇਰੇ ਕੋਲ, ਇਹ ਘੰਟਿਆਂ ਵਾਲੀ ਘੜੀ ਹੈ, ਚਾਬੀ ਭਰਨੀ ਪੈਂਦੀ ਹੈ, 2 ਚਾਬੀਆਂ, ਇੱਕ ਘੰਟਿਆਂ ਵਾਲੀ ਅਤੇ ਇੱਕ ਸੂਈਆਂ ਵਾਲੀ ਦੀ ਚਾਬੀ, ਕੋਈ ਸੈੱਲ ਨਹੀਂ ਭਰਨੀ ਪੈਂਦੀ ਹੈ, ਇਹ ਸੈੱਲ ਨਹੀਂ ਪੈਂਦੇ ਜੀ, ਹਾਂਜੀ ਚਾਬੀ ਨਾਲ ਚੱਲਦੀ ਆ ਜੀ। ਹੋਰ ਕੀ ਹੈ ਦਿਖਾਓਗੇ ਇੱਧਰ ਜ਼ਰਾ, ਕਿਉਂਕਿ ਗ੍ਰਾਮੋਫੋਨ ਵੀ ਆ, ਪੁਰਾਣੇ ਰਿਕਾਰਡਰ ਵੀ ਆ, ਰੇਡੀਓ ਵੀ ਆ ਤੁਹਾਡੇ ਕੋਲ, DVD ਪਲੇਅਰ ਵੀ ਹੈ, ਹਰ ਤਰ੍ਹਾਂ ਦੇ ਆ ਵੀ ਮੇਰੇ ਕੋਲ, ਟਿਊਬਾਂ ਵਾਲਾ ਰੇਡੀਓ ਹੈ ਜੀ। ਕਿਹੜਾ ਰੇਡੀਓ? ਆ ਨੀਚੇ ਵਾਲਾ, ਹਾਂਜੀ ਆ ਨੀਚੇ ਵਾਲਾ।
ਟਿਊਬਾਂ ਵਾਲਾ ਰੇਡੀਓ, ਇਹ ਬਿਲਕੁਲ ਬਹੁਤ ਵਧੀਆ ਚੱਲਦਾ, ਬਹੁਤ ਸੋਹਣਾ। ਇਹ ਤਾਂ ਓਰੀਜਨਲ ਪਲੱਗ ਤੱਕ ਵੀ ਇਹਦਾ ਓਰੀਜਨਲ ਹੈ, ਕੰਪਨੀ ਦਾ ਜਿਹੜਾ ਓਰੀਜਨਲ ਪਲੱਗ ਆਇਆ ਉਹੀ ਉਹਦਾ। ਰਵੀ, ਪਹਿਲਾਂ ਟੀ ਵੀ ਚੱਲੇ, ਟੀ ਵੀ ਸਭ ਤੋਂ ਪਹਿਲਾਂ ਸ਼ੁਰੂ ਹੋਏ, ਐਂਟੀਨੇ ਲੱਗੇ ਹੁੰਦੇ ਸੀਗੇ, ਅਸੀਂ ਵੀ ਐਂਟੀਨੇ ਘੁੰਮਾਉਂਦੇ ਰਹੇ ਹਾਂ, ਹਜੇ ਵੀ ਮੇਰੇ ਕੋਲ ਲੱਗਿਆ, ਹਜੇ ਵੀ ਲੱਗਾ ਹੋਇਆ ਐਂਟੀਨਾ, ਯਾਦ ਕਰਦੇ ਉਹ ਦਿਨ ਹੈ ਨਾ, ਐਂਟੀਨੇ ਜਦੋਂ ਘੁੰਮਾਉਂਦੇ ਹੁੰਦੇ ਸੀਗੇ, ਥੱਲੇ ਰੇਂਜ ਆਉਂਦੀ ਹੈ ਕਿ ਨਹੀਂ ਆਉਂਦੀ। ਉਹ ਟੀ ਵੀ ਵੀ ਤੁਸੀਂ ਸੰਭਾਲ ਕੇ ਰੱਖਿਆ ਹੋਇਆ, ਜਿਹੜਾ ਛੱਡਣ ਨਾਲ ਕਈ ਵਾਰ ਉਹ ਟੀ ਵੀ ਨਹੀਂ ਚੱਲਣਾ ਅਤੇ ਥਾਪੀਆਂ ਮਾਰਦੇ ਹੁੰਦੇ ਹੀ ਚੱਲ ਪਵੇ? ਨਹੀਂ ਨਹੀਂ ਚੱਲਦਾ ਬਿਲਕੁਲ, ਆਪਾਂ ਨੂੰ ਟੀ ਵੀ ਬੱਚਿਆਂ ਨੇ ਦੇਖੀ ਨਹੀਂ ਹੈ? ਹਾਂਜੀ ਹਾਂਜੀ, ਸਭ ਕੁਝ ਚੱਲਦਾ ਜੀ। ਜਦੋਂ ਪੁਰਾਣੀ ਟੀ ਵੀ ਕਿਸੇ ਕਿਸੇ ਦੇ ਘਰੇ ਹੁੰਦੇ ਸੀਗੇ, ਸਾਡੇ ਕੋਲ ਵੀ ਹੁੰਦਾ ਸੀਗਾ, ਟੀ ਵੀ ਦੇਖਦੇ ਹੁੰਦੇ ਸੀਗੇ, ਜਦੋਂ ਕਿਤੇ ਨਹੀਂ ਚੱਲਣਾ ਫਿਰ ਥਾਪੀਆਂ ਮਾਰ ਕੇ ਇਹਨੂੰ ਚਲਾਉਣਾ, ਟਿਊਬ ਹਿੱਲ ਜਾਂਦੀ ਹੁੰਦੀ ਸੀਗੀ, ਚੱਲਦਾ ਹੁੰਦਾ ਸੀ। ਅੱਜ ਕੱਲ੍ਹ ਦੀ ਜਨਰੇਸ਼ਨ ਨੇ ਇਹ ਚੀਜ਼ਾਂ ਨਹੀਂ ਦੇਖੀਆਂ, ਅੱਜ ਕੱਲ੍ਹ ਦੀ ਜਨਰੇਸ਼ਨ ਹੈ ਜਿਹੜੀ ਐਲਈਡੀ ਮੈਂ ਵੀਡੀਓ ਬਣਾ ਕੇ ਰੱਖੀ ਹਾਂ ਬਈ ਵੀ ਕੱਲ੍ਹ ਨੂੰ ਬੱਚਿਆਂ ਨੂੰ ਦਿਖਾਵਾਂਗੇ, ਲੈ ਵੀ ਕਿੰਨੇ ਅਸੀਂ ਐਵੇਂ ਟੀਨਾ ਘੁੰਮਾਉਂਦਾ ਹੁੰਦਾ, ਘੁੰਮਾ ਕੇ ਹਾਲੇ ਫੋਟੋ ਨਹੀਂ ਆਈ, ਫੋਟੋ ਨਹੀਂ ਆਈ, ਥੋੜ੍ਹਾ ਇੱਧਰਲੇ ਪਾਸੇ ਜਲੰਧਰ ਵਾਲੇ ਪਾਸੇ ਘੁੰਮਾ, ਅੱਜ ਪੂਛ ਉੱਧਰਲੇ ਪਾਸੇ ਘੁੰਮਾ, ਅਤੇ ਨੀਚੇ ਵੀ ਆਪਣਾ ਘੁੰਮਾਉਂਦੇ ਰਹਿਣਾ, ਅਸੀਂ ਅਤੇ ਆਨੰਦ ਵੀ ਵੱਖਰਾ ਸੀਗਾ, ਪ੍ਰਿੰਟ ਗੰਦੇ ਤੋਂ ਗੰਦਾ ਪ੍ਰਿੰਟ ਵੀ ਸੋਹਣਾ ਲੱਗਦਾ ਸੀ। ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਤਾਂ ਸ਼ਾਇਦ ਅਗਰ ਇਹ ਗੱਲਾਂ ਦੱਸੀਆਂ ਜਾਣ ਕਿ ਇੱਦਾਂ ਟੀ ਵੀ ਚੱਲਦੇ ਹੁੰਦੇ ਸੀ ਜਾਂ ਇਸ ਤਰ੍ਹਾਂ ਦੇ ਟੀ ਵੀ ਹੁੰਦੇ ਸੀ, ਬੱਚਿਆਂ ਨੂੰ ਸਾਰਾ ਕੁਝ, ਬੱਚਿਆਂ ਨੂੰ ਕੀਤਾ ਕਰਾਇਆ ਸਭ ਕੁਛ ਮਿਲ ਗਿਆ ਵਾ, ਅਤੇ ਹੁਣ ਤਾਂ ਇਹਨਾਂ ਨੂੰ ਕਿੰਨੀ ਗੱਲ ਆ, ਹੁਣ ਹੱਥ ਹੀ ਮੋਬਾਈਲ ਫੜਦੇ ਨੇ, ਜੋ ਮਰਜ਼ੀ ਕੱਢ ਲੈਂਦੇ ਨੇ। ਪਰ ਲੇਕਿਨ ਜਿਹੜਾ ਆਪਣਾ ਜ਼ਮਾਨਾ ਸਸਤਾ ਅਤੇ ਵਧੀਆ ਜ਼ਮਾਨਾ ਸੀ, ਬਹੁਤ ਵਧੀਆ ਜ਼ਮਾਨਾ ਸੀਗਾ, ਕਿਉਂ ਅਤੇ ਉਹਦੇ ਵਿੱਚ ਚੀਜ਼ਾਂ ਇੰਨੇ ਦੇ ਵਿੱਚ ਸੰਤੁਸ਼ਟੀ ਸੀ ਆਪਣੀ, ਔਰ ਦੇਖਣ ਦਾ ਮਜ਼ਾ ਵੀ ਆਉਂਦਾ ਸੀ ਸਾਰੇ ਇਕੱਠੇ ਬਹਿ ਕੇ ਦੇਖਦੇ। ਦੇਖੋ ਜੀ ਆਹ ਗਰਮ ਹੋ ਗਿਆ ਰੇਡੀਓ, ਇਹ ਚੱਲਣ ਲੱਗ ਪਿਆ ਜੀ, ਇਹ ਗਰਮ ਹੋ ਕੇ ਚੱਲਦਾ। ਹਾਂਜੀ ਗਰਮ ਹੋ ਕੇ ਚੱਲਦਾ ਜੀ। ਅੱਗੇ ਬਹੁਤ ਵਧੀਆ ਸਮਾਂ ਹੁੰਦਾ ਸੀਗਾ, ਕਹਿੰਦੇ ਸੀ ਇਕੱਠੇ ਬਹਿ ਕੇ ਅਗਰ ਟੀ ਵੀ ਦੇਖਣਾ, ਵੀ ਸੀ ਆਰ ਲੈ ਕੇ ਆਉਂਦੇ ਹੁੰਦੇ ਸੀਗੇ, ਛੱਤ 'ਤੇ ਚਲੇ ਜਾਣਾ, ਆਂਢ ਗੁਆਂਢ ਦੇ ਸਾਰੇ ਘਰ ਆ ਜਾਂਦੇ ਹੁੰਦੇ ਸੀ। ਦੇਖੋ ਜੀ ਜਿਹੜੀ ਮਰਜ਼ੀ ਫੋਨ ਮੰਗੋ, ਮੇਰੇ ਕੋਲ ਹਾਜ਼ਰ ਹੈ, ਕਰ ਦਿਓ 10,000 ਮੇਰੇ ਕੋਲ ਕੈਸਟ ਹੋਏਗੀ, 8-10,000। ਅੱਛਾ, ਵੀ ਸੀ ਆਰ ਦੀ ਕੈਸਟ ਵੀ ਤੁਹਾਡੇ ਕੋਲ? 10,000 ਦੀ ਕਰ ਦਿਓ, 8-10,000 ਕੈਸਟ ਹੈ ਜੀ, ਦੇਸ਼ ਪਰਦੇਸ਼, ਐਲਾਨ ਦੀਦਾਰ ਫਿਰ ਆ ਗਈ, ਧਰਮਵੀਰ, ਓਰੀਜਨਲ ਪ੍ਰਿੰਟ ਨੇ ਜੀ ਸਾਰੇ, ਦਾਮਨੀ ਦੇਖ। ਫਿਰ ਮੈਨੂੰ ਇਹ ਵੀ ਹੁੰਦਾ ਸੀ ਮੈਂ ਕੈਸਟ ਲਿਆਇਆ ਨਾ, ਅਤੇ ਮੈਂ ਉਹਦੀ VCR ਦੀ ਕੈਸਟ ਵੀ ਲੈਣੀ ਆ, CD ਵੀ ਲਿਆਉਣੀ ਆ, ਅਤੇ ਹਰ ਇੱਕ ਲਈ ਰਿਕਾਰਡ ਵੀ ਉਹਦਾ ਲਿਆਉਣਾ। ਆਹ ਦੇਖੋ ਆ ਕਰਮਯੋਗੀ, ਆ ਕਰਮਯੋਗੀ ਆ, ਕਰਮਯੋਗੀ ਦੀ ਮੈਂ ਫਿਲਮ ਲਿਆਇਆ VCR ਦੀ, ਫਿਰ ਦਿਲ 'ਚ ਹੁੰਦਾ ਜੀ ਮੈਂ ਕਰਮਯੋਗੀ। ਰਵੀ, ਇਹ ਟੀ ਵੀ ਬਾਰੇ ਗੱਲ ਕਰਾਂਗੇ, ਇਹ ਟੀ ਵੀ ਤੁਸੀਂ ਕਦੋਂ ਲਿਆਂਦਾ ਅਤੇ ਅੱਜ ਵੀ ਚੱਲਦਾ ਟੀ ਵੀ? ਇਹ ਬਿਲਕੁਲ ਸਹੀ ਜਾ ਰਿਹਾ ਜੀ, ਚੱਲ ਰਿਹਾ ਇਹ, ਅੱਜ ਵੀ ਕੰਡੀਸ਼ਨ ਇਹਦੀ ਨਵੀਂ ਵਰਗੀ ਲੱਗ ਰਹੀ। ਦੇਖੋ ਜੀ ਆ ਕਰਮਯੋਗੀ ਦੀ ਟੀ ਵੀ ਬਾਰੇ ਦੱਸੋਗੇ ਪਹਿਲਾਂ ਤੁਸੀਂ? ਹਾਂਜੀ, ਟੀ ਵੀ ਬਾਰੇ, ਇਹ 1985 ਮਾਡਲ ਆ ਜੀ, 1985 ਦਾ। ਹਾਂਜੀ, ਟੈਕਸਲਾ ਟੀ ਵੀ, ਟੈਕਸਲਾ ਦਾ ਪਲੱਗ ਓਰੀਜਨਲ। ਆ ਦੇਖੋ ਆਪਣੇ ਕਰਮਯੋਗੀ ਦੀ VCR ਦੀ ਕੈਸਟ, ਅਤੇ ਕਰਮਯੋਗੀ ਦੀ ਸਟੋਰੀ ਜਿਹੜੀ ਆਪਾਂ ਸੁਣਦੇ ਜੀ, ਕਿਨੇ ਵੀ ਕਿਨੇ ਫਿਲਮ ਵੇਖਣ ਨਹੀਂ ਜਾ ਸਕਦੇ, ਸਟੋਰੀਆਂ ਤਾਂ ਘਰੇ ਸੁਣਨੀ ਹੁੰਦੀਆਂ ਜੀ। ਰਵੀ, ਸੰਗੀਤ ਨਾਲ ਤੁਹਾਨੂੰ ਬਹੁਤ ਪਿਆਰ ਹੈ, ਆਪ ਵੀ ਗਾ ਲੈਂਦੇ ਹੋ ਤੁਸੀਂ? ਹਾਂਜੀ, ਮੈਂ ਆਪ ਖੁਦ ਆਪ ਗਾਉਂਦਾ ਜੀ। ਕਈ ਜਿਹੜੇ ਸਿੰਗਰ ਨੇ, ਕਈ ਜਿਹੜੇ ਗੀਤਕਾਰ ਨੇ, ਉਹਨਾਂ ਦੇ ਤੁਸੀਂ ਬਰਥਡੇ ਵੀ ਮਨਾਉਂਦੇ ਹੋ, ਕਿਹੜੀ ਪਸੰਦੀਦਾ ਤੁਹਾਡੇ ਜਿਹੜੇ ਸੰਗੀਤਕਾਰ ਨੇ? ਮੈਂ ਸਾਰੇ ਜਿੰਨੇ ਵੀ ਗਾਉਣ ਵਾਲੇ ਨੇ ਮੈਂ ਸਾਰਿਆਂ ਨੂੰ ਪਸੰਦ ਕਰਦਾ ਜੀ, ਕੋਈ ਕੁਆਲਿਟੀ ਹੈਗੀ ਤਾਂ ਹੀ ਦੁਨੀਆ ਨੂੰ ਚਾਹੁੰਦੀ ਆ। ਤੁਸੀਂ ਗਾਇਕੀ ਨੂੰ ਪਿਆਰ ਕਰਦੇ ਹੋ? ਹਾਂਜੀ, ਮੈਂ ਗਾਇਕੀ ਨੂੰ ਪਿਆਰ ਕਰਦਾ, ਮੁਹੰਮਦ ਰਫੀ ਸਾਹਿਬ ਨੂੰ ਇੱਕ ਦਿਲੋਂ ਜਾਨ ਨਾਲ ਪਿਆਰ ਕਰਦਾ, ਉਹਨਾਂ ਦਾ ਜਨਮਦਿਨ ਮਨਾਈ ਦਾ, ਮੁਕੇਸ਼ ਜੀ ਦਾ ਜਨਮਦਿਨ ਇੱਥੇ ਮਨਾਇਆ ਗਿਆ, ਮੁਹੰਮਦ ਰਫੀ ਜੀ ਦਾ ਜਨਮਦਿਨ ਮਨਾਇਆ ਗਿਆ, ਸ਼ਰਧਾਂਜਲੀ ਮਨਾਈ ਗਿਆ, ਕਿਸ਼ੋਰ ਦਾ 2-4 ਦਿਨ ਪਹਿਲਾਂ ਜਨਮਦਿਨ ਉਹਨਾਂ ਦਾ ਵੀ ਮਨਾਇਆ, 4 ਤਰੀਕ ਨੂੰ। ਅੱਛਾ, ਤੁਸੀਂ ਉਹਨਾਂ ਯਾਦਗਾਰਾਂ ਵੀ ਰੱਖੀਆਂ ਜੀ? ਹਾਂਜੀ, ਯਾਦਾਂ ਪਈਆਂ ਮੇਰੇ ਕੋਲ, ਜੇ ਖੰਨੇ ਦੀ ਸਾਰੀ ਕਲੈਕਸ਼ਨ ਪਈ ਆ, ਮੁਹੰਮਦ ਰਫੀ ਦੇ ਬਹੁਤ ਨੰਬਰ ਮੇਰੇ ਕੋਲ ਹਾਜ਼ਰ ਨੇ, ਕਿਸ਼ੋਰ ਕੁਮਾਰ ਜੀ ਦੇ ਨੰਬਰ ਹਾਜ਼ਰ ਨੇ,
ਅਤੇ ਦਿਲੋਂ ਪਿਆਰ ਕਰਦੇ ਹਾਂ ਜੀ ਇਹਨਾਂ ਨੇ ਜਿਹਦੀ ਜਾਨ 'ਚ ਵਸਿਆ ਹੋਇਆ ਜੀ ਸੰਗੀਤ ਸਾਡਾ। ਤੁਸੀਂ ਬੰਬੇ ਵੀ ਗਏ ਸੀ ਇੱਕ ਵਾਰੀ? ਜਾ ਚੁੱਕਿਆ ਮੈਂ ਜੀ, ਹੀਰੋ ਬਣਨ ਦੀ ਚਾਹ ਦੇ ਵਿੱਚ ਮੈਂ ਵੀ ਸਟਰਗਲ ਕਰਦਾ ਰਿਹਾ ਬਹੁਤ ਵੀ ਕਿਸੇ ਤਰ੍ਹਾਂ ਮੈਂ ਬਣਨਾ ਹੀਰੋ, ਪਰ ਕਿਸਮਤ ਸਾਡੇ ਹਲਵਾਈ ਲਿਖਿਆ ਹੀ ਹਲਵਾਈ ਦਾ ਕੰਮ ਕਰਨਾ ਸੀ, ਜੋ ਲਿਖਿਆ ਕਿਸਮਤ ਮਰੂੰਡਾ ਬਣਾਉਣਾ ਤਾਂ ਮਰੂੰਡਾ ਬਣਾਵਾਂਗੇ। ਅੱਛਾ, ਕੰਮ ਤੁਸੀਂ ਹਲਵਾਈ ਦਾ ਕਰਦੇ ਹੋ ਲੇਕਿਨ ਸੰਗੀਤ ਨਾਲ ਪਿਆਰ ਹੈ ਪੂਰਾ ਜੀ। ਮੈਨੂੰ ਕਈ ਵਾਰ ਸਲਮਾਨ ਖਾਨ ਜੀ ਦਾ ਡੈਡੀ ਦਾ ਫੋਨ ਆਇਆ ਅਤੇ ਕਹਿੰਦੇ ਵੀ ਕਾਕਾ ਤੂੰ ਕੰਮ ਕੀ ਕਰਦਾ, ਸੰਗੀਤ ਮਹਿਲ ਤਾਂ ਬਹੁਤ ਤਕੜਾ ਬਣਾਈ ਬੈਠਾ, ਮੈਂ ਮਰੂੰਡਾ ਬਣਾਉਂਦਾ। ਕਹਿੰਦਾ ਹਾਂ ਉਹ ਕੀ ਹੁੰਦਾ, ਮੈਂ ਖਿੱਲਾਂ ਤੋਂ ਗੁੜ ਦੇ ਵਿੱਚ ਲਾ ਕੇ ਅਤੇ ਬਣਾ ਕੇ ਕਿੰਨੇ ਮਰੂੰਡਾ ਤਿਆਰ ਕਰਤਾ ਜਾਂਦਾ। ਕਹਿੰਦਾ ਕੋਈ ਨਹੀਂ, ਅਸੀਂ ਆਏ ਤੁਹਾਡੇ ਕੋਲ ਜ਼ਰੂਰ ਲਿਖਾ ਕੇ ਜਾਵਾਂਗੇ, ਮਰੂੰਡਾ ਲੈ ਕੇ ਜਾਵਾਂਗੇ ਜਾਂ ਸਾਨੂੰ ਕੋਰੀਅਰ ਕਰੋ। ਬਿਲਕੁਲ, ਇਹ ਨੇ ਸੰਗੀਤ ਪ੍ਰੇਮੀ ਇਹ ਰਵੀ ਕੁਮਾਰ ਜੀ, ਜੇ ਕੰਮ ਤਾਂ ਜਿਹੜਾ ਮਰੂੰਡਾ ਬਣਾਉਣ ਦਾ ਕਰਦੇ ਨੇ ਠੀਕ ਹੈ, ਔਰ ਲੇਕਿਨ ਦੂਜੇ ਪਾਸੇ ਸੰਗੀਤ ਨਾਲ ਇੰਨਾ ਕੁ ਪਿਆਰ ਹੈ, ਇੰਨਾ ਕੁ ਪਿਆਰ ਹੈ ਕਿ ਬਹੁਤ ਪੁਰਾਣੀਆਂ ਕਲੈਕਸ਼ਨ ਜਿਹੜੀਆਂ ਇਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ, ਇੱਕ ਸੰਗੀਤ ਮਹਿਲ ਬਣਾਇਆ ਹੋਇਆ, ਉਹ ਸੰਗੀਤ ਮਹਿਲ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਏ ਹਾਂ ਔਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ, ਕਿਉਂਕਿ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਦੀ ਜਨਰੇਸ਼ਨ ਨੇ ਨਹੀਂ ਦੇਖੀਆਂ, ਚਾਹੇ ਗ੍ਰਾਮੋਫੋਨ ਹੋਣ, ਚਾਹੇ ਰਿਕਾਰਡਰ ਹੋਣ, ਚਾਹੇ ਪੁਰਾਣੇ ਡਿਸਕਾਂ ਹੋਣ, ਰਿਕਾਰਡ ਹੋਣ, ਉਹ ਚੀਜ਼ਾਂ ਅੱਜ ਕੱਲ੍ਹ ਦੀ ਜਨਰੇਸ਼ਨ ਨੇ ਨਹੀਂ ਦੇਖੀਆਂ। ਈਵਨ ਕਿ ਜਿਹੜੇ ਟੀ ਵੀ ਪੁਰਾਣੇ ਬਲੈਕ ਐਂਡ ਵਾਈਟ ਟੀ ਵੀ ਆਉਂਦੇ ਸੀਗੇ, ਜਿਨ੍ਹਾਂ ਦੇ ਅੱਗੇ ਸ਼ਟਰ ਲੱਗਾ ਹੁੰਦਾ ਸੀਗਾ ਖੋਲ੍ਹਦੇ ਹੁੰਦੇ ਸੀ, ਉਸ ਤੋਂ ਬਾਅਦ ਉਹਨਾਂ ਨੂੰ ਐਂਟੀਨੇ ਦੇ ਨਾਲ ਚੱਲਦੇ ਹੁੰਦੇ ਸੀ, ਉਹ ਚੀਜ਼ਾਂ ਵੀ ਸਾਰੀਆਂ ਇਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ। ਪੂਰਾ ਫਿਲਮ ਜਗਤ ਦੇ ਜਿਹੜੇ ਹੈ ਸੰਗੀਤ ਦੇ ਨਾਲ ਜੁੜੀਆਂ ਚੀਜ਼ਾਂ ਉਹ ਸਾਰੀਆਂ ਰਵੀ ਕੁਮਾਰ ਮਨੋਚਾ ਜੀ ਨੇ ਰੱਖੀਆਂ ਹੋਈਆਂ। ਇਹ ਡਿਸਕਾਂ ਜਿਹੜੀਆਂ, ਇਹ ਡਿਸਕਾਂ ਦਿਖਾ ਰਹੇ ਨੇ, ਇਹਨਾਂ ਦੇ ਵਿੱਚ ਡਿਸਕਾਂ ਖਲਨਾਇਕ ਫਿਲਮ ਹੈ, ਚਾਹੇ ਕਹੋ ਨਾ ਪਿਆਰ ਹੈ, ਨਵੀਆਂ ਤੋਂ ਨਵੀਆਂ, ਪੁਰਾਣੀਆਂ ਤੋਂ ਪੁਰਾਣੀਆਂ, ਹਰ ਤਰ੍ਹਾਂ ਦਾ ਡਿਸਕ ਇਹਨਾਂ ਕੋਲ ਮੌਜੂਦ ਹੈ। ਔਰ ਜਿਹੜੀਆਂ ਪੁਰਾਣੀਆਂ ਕੈਸਟਸ ਹੁੰਦੀਆਂ ਸੀਗੀਆਂ, ਕੈਸਟ ਵੀ ਇਹਨਾਂ ਕੋਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੈ, VCR ਦੀਆਂ ਕੈਸਟਾਂ ਇਹਨਾਂ ਕੋਲ ਆ, ਪੂਰੇ ਦਾ ਪੂਰਾ ਜਿਹੜਾ ਸੰਗੀਤ ਮਹਿਲ ਇੱਥੇ ਬਣਾਇਆ ਹੋਇਆ, ਹਰ ਪੁਰਾਣੀ ਤੁਹਾਡੇ ਕੋਲ ਇਹਨਾਂ ਕੋਲ ਜਿਹੜਾ ਰਿਕਾਰਡ ਹੈ, ਇਹਨਾਂ ਕੋਲ ਕੈਸਟ ਹੈ, ਹਰ ਤਰ੍ਹਾਂ ਦੀ ਕੈਸਟ ਇਹਨਾਂ ਕੋਲ ਮਿਲ ਜਾਏਗੀ, ਚਾਹੇ ਕੰਮ ਭਾਵਾਂ ਹਲਵਾਈ ਦਾ ਕਰਦੇ ਹੋਣ, ਕੰਮ ਭਾਵਾਂ ਮਰੂੰਡਾ ਵੇਚਣ ਦਾ ਕਰਦੇ ਹੋਣ ਜਾਂ ਬਣਾਉਣ ਦਾ ਕਰਦੇ ਹੋਣ, ਲੇਕਿਨ ਸੰਗੀਤ ਨਾਲ ਇੰਨਾ ਕੁ ਪਿਆਰ ਹੈ ਕਿ ਘਰ ਦੇ ਵਿੱਚ ਪੂਰਾ ਸੰਗੀਤ ਮਹਿਲ ਬਣਾਤਾ। ਤੁਸੀਂ ਵੀ ਅਗਰ ਦੇਖਣਾ ਚਾਹੋ ਤਾਂ ਇਹਨਾਂ ਦੇ ਘਰ ਆ ਸਕਦੇ ਹੋ ਔਰ ਦੇਖੋ ਸੰਗੀਤ ਮਹਿਲ ਔਰ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਦੀ ਜਨਰੇਸ਼ਨ ਨੇ ਨਹੀਂ ਦੇਖੀਆਂ ਹੋਣਗੀਆਂ। ਦੀਪਕ ਸਿੰਗਲਾ, ਨਿਊਜ਼ 18 ਮੋਗਾ।